ਨਾ ਚਰਨਜੀਤ ਸਿੰਘ ਬੱਤਰਾ ਜੀ ਵੱਲਾ ਸਬਜ਼ੀ ਮੰਡੀ ਦਾ ਪ੍ਰੈਜ਼ੀਡੈਂਟ ਜੀ ਮੈਂ ਕੀ ਕਹਿਣਾ ਚਾਹੁੰਦੇ ਜੀ ਕਿਸਾਨ ਧਰਨਿਆਂ ਤੇ ਬੈਠੇ ਨੇ ਤਾਂ ਤੁਸੀਂ ਸਮਰਥਨ ਦਿੰਦੇ ਜੀ ਕੀ ਕਹਿੰਦੇ ਬਿਲਕੁਲ ਸਮਰਥਨ ਦਿੰਦੇ ਜੀ ਕਿਸਾਨਾਂ ਦੇ ਨਾਲ ਖੜੇ ਆ ਬਿਲਕੁਲ ਕਿਸਾਨ ਜਿਹੜਾ ਧਰਨੇ ਤੇ ਬੈਠਾ ਸਹੀ ਬੈਠਾ ਅਸੀਂ ਅੱਗੇ ਵੀ ਪੰਜਾਬ ਦੇ ਵਿੱਚ ਚੱਲਦਾ ਵਾ ਜਿਹੜਾ ਕਨੈਕਟ ਦਾ ਇਹ ਨੁਕਸਾਨ ਹੀ ਹੁੰਦਾ ਵਾ ਇਹ ਵੱਡੀਆਂ ਵੱਡੀਆਂ ਕੰਪਨੀਆਂ ਲਵਾ ਲੈਂਦੀਆਂ ਜਦੋਂ ਤੇਜ਼ੀ ਹੁੰਦੀ ਹੈ ਉਦੋਂ ਦੇ ਚੌਕੀਦਾਰ ਭਾ ਕੇ ਮਾਲ ਚੁਕਾ ਲੈਂਦੇ ਨੇ ਜਿਸ ਵੇਲੇ ਮੰਦਾ ਹੁੰਦਾ ਉਹਦੇ ਵਿੱਚ ਨੁਕਸ ਕੱਢ ਦਿੰਦੇ ਨੇ ਕਿ ਇਹ ਵੱਡਾ ਸਹਿਜ ਇਹ ਛੋਟਾ ਜੇ ਇਹ ਮਾੜਾ ਜੇ ਪਰ ਹੁਣ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਮੰਡੀਆਂ ਬੰਦ ਕਰਨ ਦਾ ਐਲਾਨ ਕਰਦੇ ਹਾਂ ਮੰਡੀਆਂ ਬੰਦ ਕਰਨ ਦਾ ਜੇ ਸੈਂਟਰ ਗਵਰਨਮੈਂਟ ਕਿਸਾਨਾਂ ਦੀ ਨਹੀਂ ਸੁਣਦੀ ਤਾਂ ਫਿਰ ਅਸੀਂ ਮੰਡੀਆਂ ਬੰਦ ਕਰਾਂਗੇ ਜੀ ਬਿਲਕੁਲ ਮੰਡੀਆਂ ਬੰਦ ਕਰਾਂਗੇ ਕਦੋਂ ਤੋਂ ਸ਼ੁਰੂਆਤ ਕੀਤੀ ਜਾਏਗੀ ਮੰਡੀ ਬੰਦ ਕਰਨ ਦੀ ਬਸ ਕਿਸਾਨਾਂ ਦੀ ਮੀਟਿੰਗ ਅੱਜ ਹੈਗੀ ਸ਼ਾਮ ਨੂੰ ਇਹਦੇ ਬਾਰੇ ਉਹ ਡਿਸੀਜਨ ਲੈਣ ਨੂੰ ਉਸ ਤੋਂ ਬਾਅਦ ਅਸੀਂ ਡਿਸੀਜਨ ਲੈ ਲਾਂਗੇ ਪੱਕਾ ਚੈਲੰਜ ਜੀ ਪੂਰਾ ਚੈਲੰਜ ਦੇਖੋ ਜੀ ਅਜੇ ਤੱਕ ਕਿਸਾਨਾਂ ਨਾਲ ਜੋ ਰਿਹਾ ਧੱਕਾ ਹੋ ਰਿਹਾ ਗੌਰਮੈਂਟ ਨੂੰ ਚਾਹੀਦਾ ਕਿਸਾਨਾਂ ਦੇ ਹੱਕ 'ਚ ਚੱਲਣਾ ਉਲਟਾ ਗੌਰਮੈਂਟ ਉਹਨਾਂ ਦੇ ਖਿਲਾਫ਼ ਚੱਲ ਰਹੀ ਹੈ ਕਿਸਾਨਾਂ ਦੇ ਨਾਲ ਸਬਜ਼ੀ ਮੰਡੀਆਂ ਦਾ ਕਾਰੋਬਾਰ ਜੁੜਿਆ ਹੋਇਆ ਜੇ ਕਿਸਾਨ ਮੰਡੀ 'ਚ ਨਹੀਂ ਆਏਗਾ ਤਾਂ ਮੰਡੀ ਦਾ ਕਾਰੋਬਾਰ ਬਿਲਕੁਲ ਫੇਲ ਹੈ ਜੀ ਅਤੇ ਜਿਹੜੇ ਵਪਾਰੀ ਨੇ ਜਿਹੜੇ ਮੰਡੀਆਂ ਦੇ ਵਿੱਚ ਆੜ੍ਹਤੀ ਨੇ ਉਹ ਕੀ ਮੰਡੀਆਂ ਬੰਦ ਰੱਖਣਗੇ ਜੀ ਜੇ ਕਿਸਾਨਾਂ ਜੇ ਕਿਸਾਨ ਤਾਂ ਸੁਣਵਾਈ ਨਹੀਂ ਹੋਏਗੀ ਅਤੇ ਕਿਸਾਨਾਂ ਦੇ ਨਾਲ ਬਿਲਕੁਲ ਸੰਘਰਸ਼ ਦੇ ਨਾਲ ਮੰਡੀਆਂ ਵਾਲੇ ਵੀ ਜੁੜਨਗੇ ਜੀ ਕਿੰਨੀ ਦੇਰ ਵਾਸਤੇ ਬੰਦ ਕੀਤੀਆਂ ਜਾ ਸਕਦੀਆਂ ਜੋ ਫੈਸਲਾ ਹੋਏਗਾ ਉਹ ਯੂਨੀਅਨ ਲੈਵਲ 'ਤੇ ਸਾਡੇ ਹੋਏਗਾ ਕਿਸਾਨਾਂ ਦੇ ਨਾਲ ਬੈਠ ਕੇ ਠੀਕ ਹੈ ਮੇਰਾ ਨਾਮ ਮਹੇਸ਼ ਵਰਮਾ ਜੀ ਹਾਂਜੀ ਸਰ ਜੋ ਮੰਡੀਆਂ ਦੇ ਵਿੱਚ ਆੜ੍ਹਤੀ ਅੱਜ ਕਹਿ ਰਹੇ ਮੰਡੀਆਂ ਬੰਦ ਚੁੱਕੀਆਂ ਕੀ ਕਾਰਨ ਹੈ ਮੰਡੀਆਂ ਕਿਉਂ ਬੰਦ ਕੀਤੀਆਂ ਦੇਖੋ ਜੇ ਕਿ ਕਿਸਾਨ ਹੈ ਅਤੇ ਮੰਡੀਆਂ ਨੇ ਮੰਡੀਆਂ ਨੇ ਅਤੇ ਆੜ੍ਹਤੀ ਹੈ ਜੋ ਸੰਘਰਸ਼ ਸਾਡੇ ਕਿਸਾਨ ਵੀਰ ਕਰ ਰਹੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਅਸੀਂ ਉਹਨਾਂ ਦੇ ਨਾਲ 200% ਸਹਿਮਤ ਹਾਂ ਜਦੋਂ ਕਿਸਾਨ ਵੀਰ ਸਾਡਾ ਚਾਹਣ ਸਾਨੂੰ ਹੁਕਮ ਲਗਾਉਣਗੇ ਕਿ ਅਸੀਂ ਆਪਣੇ ਉਹਨਾਂ ਦੇ ਹੁਕਮ ਦੇ ਉੱਪਰ ਅਣਮਿੱਥੇ ਸਮੇਂ ਦੀ ਮੰਡੀਆਂ ਬੰਦ ਕਰਨ ਦਾ ਐਲਾਨ ਕਰਾਂਗੇ।